ਇੱਕ ਹੋਰ ਢਲਦੀ ਸ਼ਾਮ ਅਤੇ ਜ਼ਿੰਦਗੀ ਦਾ ਇੱਕ ਹੋਰ ਦਿਨ ਤਮਾਮ। ਅਸਲਾਮ ਵਾਲੇਕੁਮ ਅਤੇ ਕੀ ਹਾਲ ਚਾਲ ਹੈ ਸਭ ਦੀ, ਉਮੀਦ ਕਰਾਂ ਸਭ ਫਿਰ ਹੋਣਗੇ। ਅਤੇ ਤੁਹਾਡਾ ਭਰਾ ਕਸ਼ਮੀਰ ਆਜ਼ਾਦ ਕਸ਼ਮੀਰ ਪਾਰਟ 3 ਲੈ ਕੇ ਤੁਹਾਡੀ ਇਸ ਵਿੱਚ ਹਾਜ਼ਰ ਹੋ ਚੁੱਕਿਆ ਵੇ। ਅਤੇ ਇਸ ਟਾਈਮ ਸ਼ਾਮ ਢਲ ਰਹੀ ਹੈ ਅਤੇ ਜਿੱਦਾਂ ਕਿ ਅਸੀਂ ਤੁਹਾਨੂੰ ਪਤਾ ਆਜ਼ਾਦ ਕਸ਼ਮੀਰੋਂ, ਤੁਸੀਂ ਮੇਰਾ ਸੈਕਿੰਡ ਵਲੌਗ ਵੇਖਿਆ ਅਤੇ ਤੁਹਾਨੂੰ ਪਤਾ ਹੈਗਾ ਅਸੀਂ ਆਜ਼ਾਦ ਕਸ਼ਮੀਰੋਂ ਨਿਕਲ ਆਏ ਹਾਂ। ਅਤੇ ਹੁਣ ਅਸੀਂ ਜਾ ਰਹੇ ਹਾਂ ਬਟੇਲਾ ਸ਼ਰੀਫ ਮਜ਼ਾਰ 'ਤੇ ਹਾਜ਼ਰੀ ਪੇਸ਼ ਕਰਾਂਗੇ। ਹਾਜ਼ਰੀ ਪੇਸ਼ ਕਰਕੇ ਅਤੇ ਫਿਰ ਨਿਕਲਾਂਗੇ ਅਸੀਂ ਵਾਪਸ ਘਰਾਂ ਨੂੰ, ਕਿਉਂਕਿ ਅਸੀਂ ਬਹੁਤ ਜਲਦੀ ਅੱਜ ਆਜ਼ਾਦ ਕਸ਼ਮੀਰੋਂ ਵਾਪਸ ਆ ਚੁੱਕੇ ਹਾਂ। ਸੋਚਿਆ ਚਲੋ ਗੁਜ਼ਰਨੇ ਪਏ ਹਾਂ ਅਤੇ ਹਾਜ਼ਰੀ ਪੇਸ਼ ਕਰ ਜਾਈਏ ਬਟੇਲਾ ਸ਼ਰੀਫ ਸਰਕਾਰ, ਅਤੇ ਬਟੇਲਾ ਸ਼ਰੀਫ ਹਾਜ਼ਰੀ ਪੇਸ਼ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਨਿਕਲਾਂਗੇ ਅਸੀਂ ਵਾਪਸ ਹੁਸ਼ਿਆਰਪੁਰ। ਅਤੇ ਲਓ ਜੀ, ਅਸੀਂ ਹੁਣ ਪਹੁੰਚ ਚੁੱਕੇ ਹਾਂ ਹਜ਼ਰਤ ਬਟੇਲਾ ਸ਼ਰੀਫ ਸਰਕਾਰ ਦੀ ਜਿਹੜਾ ਨਾ ਅਦੂ 'ਚ, ਉਹਨਾਂ ਦੀ ਜਿਹੜਾ ਨਾ ਜਿੱਥੇ ਉਹਨਾਂ ਦਾ ਮਜ਼ਾਰ ਹੈ ਉੱਥੇ। ਲੇਕਿਨ ਉਸ ਤੋਂ ਪਹਿਲੇ ਅਸੀਂ ਹਾਜ਼ਰੀ ਪੇਸ਼ ਕਰਾਂਗੇ ਹਜ਼ਰਤ ਕਨਬੀਤ ਅਲੈਹ ਸਲਾਮ ਦੇ ਮਜ਼ਾਰ 'ਤੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਚੱਲਾਂਗੇ ਜਿਹੜਾ ਨਾ ਬਟੇਲਾ ਸ਼ਰੀਫ ਸਰਕਾਰ ਹਾਜ਼ਰੀ ਪੇਸ਼ ਕਰਨ, ਅਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਵਾਪਸ। ਅਤੇ ਫਿਲਹਾਲ ਤਾਂ ਜਾ ਰਹੇ ਹਾਂ ਹਜ਼ਰਤ ਕਨਬੀਤ ਅਲੈਹ ਸਲਾਮ ਦੇ ਮਜ਼ਾਰ 'ਤੇ ਹਾਜ਼ਰੀ ਪੇਸ਼ ਕਰਨ, ਅਤੇ ਉੱਥੇ ਚੱਲ ਰਹੇ ਹਾਂ। ਅਤੇ ਅਸੀਂ ਪਹੁੰਚ ਚੁੱਕੇ ਹਾਂ ਅੰਦਰ ਮਜ਼ਾਰ ਦੇ ਅੰਦਰ ਹਜ਼ਰਤ ਕਨਬੀਤ ਅਲੈਹ ਸਲਾਮ ਦੇ ਮਜ਼ਾਰ 'ਤੇ। ਇੱਥੋਂ ਲੈ ਕੇ ਸਟਾਰਟ ਤੋਂ ਲੈ ਕੇ ਇੰਨੀ ਤੁਰਬਤ ਹੈ ਉਹਨਾਂ ਦੀ, ਇੰਨੀ ਵੱਡੀ 70 ਗਜ਼ ਦਾ ਤੁਰਬਤ ਹੈ ਉਹਨਾਂ ਦੀ। ਅਤੇ ਉਹਨਾਂ ਦੀ ਚਲੋ ਥੋੜ੍ਹੀ ਸਾਨੂੰ ਤੁਹਾਨੂੰ ਹਿਸਟਰੀ ਨਾਲ ਦੱਸਦੇ ਹਾਂ, ਅਤੇ ਨਾਲੇ ਅਸੀਂ ਵੀ ਜਾਣਾ ਜ਼ਿਆਰਤ ਕਰ ਲੈਂਦੇ ਹਾਂ, ਨਾਲ ਜਾਣਾ ਸਲਾਮ ਕਰਦੇ ਹਾਂ, ਅਤੇ ਉਹਨਾਂ ਦੀ ਜਿਵੇਂ ਸਾਜ਼ਰ ਹੁੰਦੇ ਹਾਂ, ਅਤੇ ਨਾਲੇ ਤੁਹਾਨੂੰ ਵੀ ਜਾਣਾ ਦਿਖਾਉਂਦੇ ਹਾਂ। ਅਤੇ ਆਪਣੇ ਮੇਰਾ ਵੀ ਗਲਾ ਫੁੱਲ ਇਸ ਟਾਈਮ ਖਰਾਬ ਹੋ ਗਿਆ ਵਾ, ਕਿਉਂਕਿ ਬਹੁਤ ਸ਼ੋਰ ਕੀਤਾ ਵਾ ਅਸੀਂ, ਰਸਤੇ 'ਚ ਰੌਲਾ ਬਹੁਤ ਪਾਇਆ ਵੇ, ਅਤੇ ਸ਼ਾਮ ਕਹਿ ਰਿਹਾ ਮੇਰਾ ਵੀ ਗਲਾ ਖਰਾਬ ਹੋ ਗਿਆ ਵੇ, ਅਤੇ ਡਸਟ ਬਹੁਤ ਜ਼ਿਆਦਾ ਸੀ ਨਾ, ਅਤੇ ਉਹਦੇ ਨਾਲ ਗਲਾ ਖਰਾਬ ਹੋ ਗਿਆ ਸਾਡਾ। ਕੋਈ ਗੱਲ ਨਹੀਂ, ਕਦੀ ਕਦੀ ਇਹੀ ਮੌਕੇ ਮਿਲਦੇ ਨੇ। ਸਭ ਨਾਲ ਪਹਿਲੇ ਅਸੀਂ ਜਿਹੜਾ ਨਾ ਹਿਸਟਰੀ 'ਤੇ ਨਜ਼ਰ ਮਾਰਨੇ ਹਾਂ। ਹਾਂਜੀ, ਐਨ ਮੌਲਾ ਵਹਾਦ ਬਾਬੂ ਮੀਆਂ ਖਾਨ ਹਿਸਟਰੀ ਕਿਤੇ ਲਿਖੀ ਦੀ ਹੈ, ਹਿਸਟਰੀ ਲਿਖੀ ਲੇਕਿਨ ਨਜ਼ਰ ਨਹੀਂ ਆ ਰਹੀ, ਅਤੇ ਹਿਸਟਰੀ ਨਜ਼ਰ ਨਹੀਂ ਆ ਰਹੀ। ਅਤੇ ਪਾਪਾ ਜੀ ਵੈਸੇ ਦੱਸ ਰਹੇ ਸਨ ਕਿ ਇਹਨਾਂ ਦੀ ਇੰਨੀ ਸ਼ਾਨ ਹੈ ਕਿ ਇਹਨਾਂ ਦੀ ਤੁਰਬਤ 'ਤੇ 70 ਗਜ਼ ਜਿਹੜਾ ਇਹਨਾਂ ਦੀ ਤੁਰਬਤ ਦੀ ਲੰਬਾਈ ਹੈ, ਅਤੇ ਇਹਨਾਂ ਦੀ ਤੁਰਬਤ 'ਤੇ ਜਿੰਨਾ ਵੀ ਮਰਜ਼ੀ ਕੱਪੜਾ ਲੈ ਆਉਣਾ ਅਤੇ ਉਹ ਕੱਪੜਾ ਪੂਰਾ ਨਹੀਂ ਆ ਸਕਦਾ। 70 ਫੁੱਟ ਇਹਨਾਂ 70 ਗਜ਼ ਤੁਰਬਤ ਇਹਨਾਂ 'ਤੇ, ਇੱਥੇ ਤੁਸੀਂ 80 ਗਜ਼ ਲੈ ਆਓ, 90 ਗਜ਼ ਲੈ ਆਓ, ਅਤੇ ਤੁਰਬਤ 'ਤੇ ਕੱਪੜਾ ਨਹੀਂ ਪੂਰਾ ਕਰ ਸਕਦੇ। ਜਿੰਨਾ ਮਰਜ਼ੀ ਤੁਸੀਂ ਕੱਪੜਾ ਲੈ ਆਓ, ਇੱਥੇ ਆ ਕੇ ਇੱਥੇ ਪੂਰਾ ਨਹੀਂ ਕਰ ਸਕਦੇ ਤੁਰਬਤ ਦੇ ਉੱਤੇ। ਅਤੇ ਬੜੀ ਸ਼ਾਨ ਹੈ ਇਹਨਾਂ ਦੀ। ਅਤੇ ਹੁਣ ਅਸੀਂ ਅੰਦਰ ਚੱਲਦੇ ਹਾਂ, ਹਾਜ਼ਰੀ ਪੇਸ਼ ਕਰਨੇ ਆ ਜਾ ਕੇ, ਅਤੇ ਨਾਲ ਆਪੇ ਵੀ ਹਾਜ਼ਰੀ ਪੇਸ਼ ਕਰਨ, ਨਾਲ ਤੁਹਾਨੂੰ ਵੀ ਅੰਦਰ ਦਾ ਮਨਾਜ਼ਰ ਦਿਖਾਉਂਦੇ ਹਾਂ, ਤੁਸੀਂ ਦੇਖੋ ਨਾਲ ਅਸੀਂ ਵੀ ਦੇਖਦੇ ਹਾਂ। ਚਲੋ ਅੰਦਰ ਚੱਲਦੇ ਹਾਂ। ਅਤੇ ਇਹ ਤੁਰਬਤ ਸ਼ਰੀਫ ਹੈ, ਸਰਕਾਰ ਦਾ ਨਾਮ ਹੈ ਇਸਮੇ ਮੁਬਾਰਕ ਹਜ਼ਰਤ ਕਨਬੀਤ ਅਲੈਹ ਸਲਾਮ। ਅਤੇ ਵੈਸੇ ਮਸ਼ਹੂਰ ਵੀ ਨੇ 70 ਗਜ਼ਾ ਤੁਰਬਤ ਦੇ ਨਾਂ ਤੋਂ ਹੀ, ਦਰਬਾਰ ਸ਼ਰੀਫ ਮਸ਼ਹੂਰ ਹੈ। ਤਾਜ ਮੁਬਾਰਕ ਹਜ਼ਰਤ ਕਨਬੀਤ ਇਬਨ ਆਦਮ ਪੀਰ ਸੁੱਚਾ।
ਅੱਲਾਹ ਦੇ ਵਲੀਆਂ ਦੀ ਸ਼ਾਨ ਬਹੁਤ ਹੈ। ਅਤੇ ਲਓ ਜੀ, ਹੁਣ ਹਾਜ਼ਰੀ ਪੇਸ਼ ਕਰ ਲਈ ਅਸੀਂ, ਅਤੇ ਹੁਣ ਅਸੀਂ ਜਾ ਰਹੇ ਹਾਂ ਬਰੇਲਾ ਸ਼ਰੀਫ, ਅਤੇ ਉੱਥੋਂ ਫਿਰ ਨਿਕਲਾਂਗੇ। ਅਗਰ ਲੰਗਰ ਦਾ ਤਾਂ ਕੋਈ ਟਾਈਮ ਹੋਇਆ ਤਾਂ ਲੰਗਰ ਕਰਾਂਗੇ, ਨਹੀਂ ਤਾਂ ਫਿਰ ਅਸੀਂ ਨਿਕਲਾਂਗੇ ਉੱਥੋਂ ਅਤੇ ਵਾਪਸ ਸਿਆਲਕੋਟ। ਬਿਲਕੁਲ ਜਾ ਰਹੇ ਹਾਂ ਉਹਨਾਂ ਦੀ ਬਰੇਲਾ ਸ਼ਰੀਫ ਸਰਕਾਰ ਦੀ ਹੈ ਨਾ ਮਜ਼ਾਰ ਦੀ ਤਰਫ, ਬਾਕੀ ਜ਼ਿਆਦਾ ਨਾ ਰਸਤਾ ਵੇ, ਅਤੇ ਇਹ ਸਾਡੇ ਭਾਪੇ ਹੋਰੀ ਲੱਭਣਾ ਦੇਣਾ ਹੈ ਨਹੀਂ। ਚਲੋ, ਅਤੇ ਇਹ ਹੁਣ ਪਾਰਕਿੰਗ ਅਸੀਂ ਬਾਈਕਾਂ ਪਾਰਕ ਕਰਾਂਗੇ ਪਹਿਲੇ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਅੰਦਰ ਜਾਵਾਂਗੇ, ਹਾਜ਼ਰੀ ਪੇਸ਼ ਕਰਾਂਗੇ, ਲੰਗਰ ਦਾ ਇੰਤਜ਼ਾਮ ਹੋਇਆ ਕਰਾਂਗੇ, ਨਹੀਂ ਤਾਂ ਹਾਜ਼ਰੀ ਪੇਸ਼ ਕਰਕੇ ਅਤੇ ਵਾਪਸ ਆ ਜਾਵਾਂਗੇ। ਅਤੇ ਮੈਂ ਲੱਗਾ ਮੇਰਾ ਕੈਮਰਾ ਬੰਦ ਕਰਾਂ। ਦਰ 'ਤੇ ਹਾਜ਼ਰੀ ਪੇਸ਼ ਕਰ ਲਈਏ ਬਰੇਲਾ ਸ਼ਰੀਫ ਸਰਕਾਰ ਹਾਜ਼ਰੀ ਪੇਸ਼ ਕਰਕੇ, ਹੁਣ ਅਸੀਂ ਜਾ ਰਹੇ ਹਾਂ ਲੰਗਰ ਕਰਨ, ਲੰਗਰ ਕਰਕੇ ਅਤੇ ਫਿਰ ਅਸੀਂ ਨਿਕਲਦੇ ਹਾਂ ਵਾਪਸੀ ਤਰਫ, ਕਿਉਂਕਿ ਅੰਦਰ ਆਵਾਜ਼ ਆਈ ਲੰਗਰ ਕਰ ਲਈ। ਜੀ ਹੁਣ ਐਸ ਐਮ ਐਸ ਜਿਹੜਾ ਨਾ ਹੈਡ ਮਰਾਲੇ ਪਹੁੰਚ ਚੁੱਕੇ ਹਾਂ ਦੁਬਾਰਾ ਤੋਂ ਵਾਪਸੀ 'ਤੇ, ਅਤੇ ਗਲੇ ਖਰਾਬ ਫੁੱਲ, ਨਾਲੇ ਥੱਕ ਫੁੱਲ ਗਏ ਹਾਂ, ਬਾਠ ਸਾਹਿਬ 'ਤੇ ਫੁੱਲ ਮੱਤ ਵੱਜ ਗਈ ਦੀ ਹੈ, ਹਾਲਤ ਭੈੜੀ, ਬਾਂਕੇ ਦਿਹਾੜੇ, ਅਤੇ ਹੈਡ ਮਰਾਲੇ ਪਹੁੰਚ ਚੁੱਕੇ ਹਾਂ। ਤਕਰੀਬਨ ਹੁਣ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਰਸਤਾ ਰਹਿ ਗਿਆ ਘਰ ਦਾ, ਅਤੇ ਹੁਣ ਇਸ ਟਾਈਮ ਹੋਰ ਕਿਤੇ ਨਹੀਂ ਜਾਣਾ, ਸਿੱਧਾ ਘਰ ਜਾ ਕੇ ਅਤੇ ਮੰਜੀ 'ਤੇ ਚੜ੍ਹ, ਮੰਜੇ 'ਤੇ ਲੇਟ ਕੇ ਉੱਤੇ ਰਜ਼ਾਈ ਲੈਣੀ ਹੈ, ਨਹੀਂ ਰਜ਼ਾਈ ਦਾ ਮੌਸਮ ਤੁਰ ਗਿਆ, ਕੱਖ ਵੀ ਨਹੀਂ ਲੈਣਾ, ਇੰਝ ਹੀ ਜਾ ਕੇ ਸੋ ਜਾਣਾ ਬਸ, ਥੱਕ ਫੁੱਲ ਫੁੱਲ ਥੱਕ ਗਏ ਨੇ ਇਸ ਟਾਈਮ। ਸਵੇਰੇ 3 ਵਜੇ ਉੱਠੇ ਦੇ ਹਾਂ, ਇਸ ਟਾਈਮ ਮੇਰੇ ਖਿਆਲ ਨਾਲ 8-9 ਵੱਜ ਗਏ, ਐਰ ਨਿਕਲਦੇ ਹਾਂ ਘਰ ਜਾਂਦੇ ਹਾਂ, ਅਤੇ ਲੰਮਿਆਂ ਪੈਂਦੇ ਹਾਂ ਜਾ ਕੇ ਫਿਰ। ਬਾਕੀ ਸੋਹਣਾ ਮੈਂ ਅੱਜ ਬਹੁਤ ਲੱਗ ਰਿਹਾ ਹਾਂ, ਇਹ ਲਾਈਟਾਂ ਪੈ ਰਹੀਆਂ ਨੇ ਤਦ ਕਹਿ ਰਿਹਾ। ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਲਾਜ਼ਮੀ ਕਰੋ ਯਾਰ, ਬਹੁਤੇ ਬਹੁਤੀ ਸਪੋਰਟ ਕਰੋ ਭਰਾ ਨੂੰ, ਅਤੇ ਬਾਕੀ ਚੱਲਦੇ ਹਾਂ ਘਰ। ਅਤੇ ਲਓ ਜੀ, ਹੁਣ ਘਰ ਪਹੁੰਚ ਚੁੱਕੇ ਹਾਂ ਹਾਜ਼ਰਤ, ਵੇਖੋ ਕਿੱਡੀ ਖਰਾਬ ਹੋਈ ਦੀ ਹੈ, ਫੁੱਲ ਖਰਾਬ ਹਾਲਤ ਹੋ ਗਈ ਹੈ, ਅਤੇ ਨੀਂਦਰ ਫੁੱਲ ਮੈਨੂੰ ਆਈ, ਥੱਕ ਗਿਆ ਫੁੱਲ ਮੈਂ, ਅਤੇ ਹੁਣ ਸਿਰਫ ਮੂੰਹ ਛੁੱਤ ਹੋ ਕੇ ਫਰੈਸ਼ ਹੋ ਕੇ ਅਤੇ ਬਸ ਸੌਣ ਦੀ ਤਿਆਰੀ ਕਰਨੀ ਹੈ। ਅਤੇ ਉਮੀਦ ਕਰਾਂਗੇ ਤੁਹਾਨੂੰ ਵਲੋਗ ਬਹੁਤ ਪਸੰਦ ਆਏਗਾ, ਅਤੇ ਆਪਣੀ ਦੁਆਵਾਂ 'ਚ ਯਾਦ ਰੱਖੀਓ, ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਯਾਰ, ਸਬਸਕ੍ਰਾਈਬ ਕਰਿਆ ਕਰੋ, ਅਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੋਗ ਵਿੱਚ। ਅੱਲਾਹ ਹਾਫਿਜ਼।